ਨਾ ਯਕੀਨ ਕਰੋ, ਇੱਕ ਮੀਟਰ ਦੀ ਦੂਰੀ ਸਾਰਿਆਂ ਨਾਲ ਜੇ ਕੋਈ ਹੈਗਾ ਆ ਉਹਦੇ ਨਾਲ ਬਣਾ ਕੇ ਰੱਖੋ, ਜੇ ਉਹਨੂੰ ਕੋਈ ਸਿੰਪਟਮ ਲੱਗਦੇ ਆ। ਤੇ ਬੇਨਤੀ ਆ, ਜੇ ਕਿਸੇ ਨੂੰ ਕੋਈ ਇੱਦਾਂ ਦਾ ਲੱਗਦਾ ਉਹਦਾ ਪ੍ਰਸ਼ਾਸਨ ਦਾ ਸਹਿਯੋਗ ਜ਼ਰੂਰ ਦਿਓ ਪ੍ਰਸ਼ਾਸਨ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਤੁਸੀਂ ਸਾਰੇ ਵੀਰਾਂ ਨੇ ਵੀਡੀਓ ਦੇਖੀ ਹੋਊਗੀ, ਸਾਡੀ ਸੁਸਾਇਟੀ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲ ਵੱਲੋਂ ਜੋ ਅੱਜ ਫਰੀ ਮਾਸਕ, ਗਲਵਸ ਅਤੇ ਸੈਨੀਟਾਈਜ਼ਰ ਅਤੇ ਫੋਗਿੰਗ ਮਸ਼ੀਨ ਗੜ੍ਹ ਦੇ ਵਿੱਚ, ਗੜ੍ਹਦੀਵਾਲਾ ਸ਼ਹਿਰ ਦੇ ਵਿੱਚ ਕੀਤੀ ਗਈ। ਉਹਨਾਂ ਲੋਕਾਂ ਨੂੰ ਮਾਸਕ ਦਿੱਤੇ ਗਏ ਜਿਹੜੇ ਲੋਕਾਂ ਨੂੰ ਅੱਜ ਉਹ ਲਾਲਚੀ ਲੋਕਾਂ ਨੇ ਆਪਣੇ ਕੁਛ ਪੈਸੇ ਦੀ ਕਾਰਨ ਜਿਨ੍ਹਾਂ ਨੇ ਗਲਵਜ਼ਾਂ ਦਾ ਰੇਟ ਵਧਾ ਦਿੱਤਾ, ਮਾਸਕਾਂ ਦਾ ਰੇਟ ਵਧਾ ਦਿੱਤਾ, ਜਿਹੜਾ ਗਰੀਬ ਦੀ ਪਹੁੰਚ ਤੋਂ ਬਾਹਰ ਜਿਹੜੇ ਉਹ ਮਾਸਕ ਕਰ ਦਿੱਤੇ, ਉਹਨਾਂ ਨੂੰ ਅਸੀਂ ਇੱਕ ਫਰੀ ਸੇਵਾ ਸੁਸਾਇਟੀ ਵੱਲੋਂ ਮਾਸਕਾਂ ਦੀ ਕੀਤੀ ਗਈ। ਕਿਉਂਕਿ ਇੱਕ ਰੇਹੜੀਦਾਰ ਦਿਹਾੜੀਦਾਰ ਬੰਦਾ 200 ਰੁਪਈਏ ਦਿਨ ਦੇ ਜਾਂ 300-400 ਰੁਪਈਆ ਕਮਾ ਕੇ ਆਪਣੇ ਬੱਚਿਆਂ ਨੂੰ ਖਵਾਉਂਦਾ, ਉਹ 100 ਰੁਪਏ ਦਾ ਕੀ ਮਾਸਕ ਲਾਊਗਾ ਅਤੇ ਕੀ ਸੈਨੀਟਾਈਜ਼ਰ ਲਾਊਗਾ ਅਤੇ ਗਲਵਜ਼ ਲਾਊਗਾ। ਉਹਨਾਂ ਲੋਕਾਂ ਨੂੰ ਜੇ ਅੱਜ ਦੁਨੀਆ ਹੀ ਨਹੀਂ ਰਹੀ ਤਾਂ ਪੈਸਾ ਕੀ ਕਰਨਗੇ? ਜੇ ਅੱਜ ਮਨੁੱਖ ਜਾਤੀ ਹੀ ਅੱਜ ਇੰਨੀ ਸੰਕਟ ਦੇ ਵਿੱਚ ਆ ਤਾਂ ਉਹ ਪੈਸੇ ਕਿੱਥੇ ਲੈ ਕੇ ਜਾਣਗੇ? ਮਾੜਾ ਮੋਟਾ ਉਸ ਉਹਨਾਂ ਬੰਦਿਆਂ ਨੂੰ ਸ਼ਰਮ ਚਾਹੀਦੀ ਆ ਵੀ ਅਸੀਂ ਇਹ ਕੀ ਗਲਵਜ਼ ਆ ਅਤੇ ਕੀ ਮਾਸਕ ਆ, ਅਸੀਂ ਉਹਨਾਂ ਰੇਟਾਂ ਨਾ ਇੰਨਾ ਲਾਲਚ ਕੀਤਾ ਜਾਵੇ ਅਤੇ ਗਰੀਬ ਬੰਦੇ ਨੂੰ ਜ਼ਰੂਰ ਮਾਸਕ ਅਤੇ ਜਿਹੜਾ ਲੱਗਾ ਰੇਟ ਦੇ ਦਿਉ। ਅਤੇ ਅੱਜ ਸੁਸਾਇਟੀ ਵੱਲੋਂ ਦਿੱਤਾ ਗਿਆ, ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਸੰਸਥਾ ਵੱਲੋਂ, ਕੱਲ੍ਹ ਨੂੰ ਜੇ ਸਰਕਾਰਾਂ ਵੱਲੋਂ ਜੇ ਪਰਮਾਤਮਾ ਨਾ ਕਰੇ ਕੋਈ ਜ਼ਿਆਦਾ ਵੱਧਦਾ ਆ, ਲੋਕਡਾਊਨ ਹੁੰਦਾ ਆ, ਤਾਂ ਘਰਾਂ ਦੇ ਵਿੱਚ ਜਿਹੜੇ ਗਰੀਬ ਬੰਦੇ ਵਿਚਾਰੇ ਦਿਹਾੜੀ ਲਾ ਕੇ ਕਮਾਈ ਕਰਦੇ ਆ, ਉਹੀ ਖਾਂਦੇ, ਉਹੀ ਦਵਾਈ ਲੈਂਦੇ ਆ, ਤਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਲਈ ਰਾਸ਼ਨ ਫਰੀ ਸੰਸਥਾ ਵੱਲੋਂ ਘਰਾਂ ਦੇ ਵਿੱਚ ਪਹੁੰਚਾਇਆ ਜਾਊਗਾ, ਜਿੰਨਾ ਚੱਕਰ ਕੋਈ ਮਤਲਬ ਸਹੀ ਤਰੀਕੇ ਦੇ ਨਾਲ ਠੀਕ ਨਹੀਂ ਹੋ ਜਾਂਦਾ ਉਹਨਾਂ ਨੂੰ ਘਰਾਂ 'ਚ ਹੀ ਰਾਸ਼ਨ ਜਿਹੜਾ ਸੰਸਥਾ ਵੱਲੋਂ ਪਹੁੰਚਾਇਆ ਜਾਊਗਾ। ਅਤੇ ਸੰਸਥਾ ਵਿੱਚ ਜਿੱਥੇ ਕਿ ਲਵਾਰ ਸਨਾਤ 100 ਤੋਂ ਉੱਪਰ ਲਵਾਰਸਾਂ ਦੀ ਇੱਥੇ ਸੇਵਾ ਸੰਭਾਲ ਬਜ਼ੁਰਗਾਂ ਬੱਚਿਆਂ ਦੀ ਹੋ ਰਹੀ ਆ, ਇੱਥੇ ਸੇਵਾ ਘਰ 'ਚ ਇਹ ਦੇਖਦੇ ਹੋਏ, ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ, ਬਿਲਕੁਲ ਇੱਥੇ ਆਵਾਜਾਈ ਜਿਹੜੀ ਆ ਉਹ ਬਿਲਕੁਲ ਬੰਦ ਕਰ ਦਿੱਤੀ ਗਈ ਆ। ਕਿਉਂਕਿ ਇਹਨਾਂ ਦਾ ਪਹਿਲਾਂ ਹੀ ਇਹ ਬਿਮਾਰ ਆ, ਇਹਨਾਂ ਨੂੰ ਜਲਦੀ ਹੀ ਨਹੀਂ ਇਮਿਊਨ ਸਿਸਟਮ ਇਹਨਾਂ ਦਾ ਪਹਿਲਾਂ ਹੀ ਕਮਜ਼ੋਰ ਆ, ਇਹਨਾਂ ਨੇ ਜਲਦੀ ਬਿਮਾਰੀ ਕੈਚ ਕਰਨੀ ਆ, ਇਸ ਕਰਕੇ ਅਸੀਂ ਬਿਲਕੁਲ ਹੀ ਰੋਕ ਲਾ ਦਿੱਤੀ ਗਈ ਆ। ਹੱਥ ਜੋੜ ਕੇ ਅਪੀਲ ਆ ਸਾਰੇ ਵੀਰਾਂ ਨੂੰ, ਸਾਨੂੰ ਜਿਹੜਾ ਕੋਈ ਆਉਂਦਾ ਆ ਉਹ ਬਾਹਰੋਂ ਹੀ ਦਰਸ਼ਨ ਕਰਕੇ ਜਾਂਦਾ ਵੀ ਹੈਗਾ ਉਹ ਮੁੜ ਸਕਦਾ ਆ, ਕਿਉਂਕਿ ਅਸੀਂ ਹੁਣ ਤੱਕ ਵੀ ਅਸੀਂ ਨਹੀਂ ਚਾਹੁੰਦੇ ਕੋਈ ਵੀ ਇੱਥੇ ਅਣਸੁਖਾਵੀ ਘਟਨਾ ਵਾਪਰੇ ਅਤੇ ਕੋਈ ਇੱਦਾਂ ਦਾ ਕੋਈ ਬਿਮਾਰੀ ਨਾ ਕੈਚ ਹੋਵੇ ਅਤੇ ਜਿਹੜੀ ਇਹ ਕਰੋਨਾ ਵਾਇਰਸ ਜਿੰਨਾ ਤੱਕ ਇਹਦਾ ਕੋਈ ਇਲਾਜ ਨਹੀਂ ਮਿਲਦਾ। ਦੂਜੀ ਗੱਲ, ਇਹ ਡਰਨ ਦੀ ਕੋਈ ਲੋੜ ਨਹੀਂ ਹੈ, ਇੰਨਾ ਨਹੀਂ ਡਰਨ ਦੀ ਲੋੜ ਵੀ ਹਾਹਾਕਾਰ ਜਿਹੜੀ ਮਰਜ਼ੀ ਉਹ ਹਾਂ 'ਤੇ ਨਾ ਜਾਓ ਅਤੇ ਇੱਕ ਦੂਸਰੇ ਦਾ ਸਾਥ ਦਿਓ, ਸਾਥ ਬਣੋ, ਅਸੀਂ ਅੱਜ ਲੜਨਾ ਇਸ ਬਿਮਾਰੀ ਦੇ ਨਾਲ, ਅਸੀਂ ਘਬਰਾਉਣਾ ਨਹੀਂ ਹੈਗਾ, ਅਸੀਂ ਇੱਕਜੁੱਟ ਹੋ ਕੇ ਅਸੀਂ ਇਸ ਬਿਮਾਰੀ ਦੇ ਨਾਲ ਲੜਨਾ ਆ, ਕਿਉਂਕਿ ਸਾਡੀਆਂ ਸਰਕਾਰਾਂ, ਸਾਡਾ ਦੇਸ਼ ਇੰਨਾ ਸਟਰੋਂਗ ਨਹੀਂ ਹੈਗਾ ਇਸ ਬਿਮਾਰੀ ਦੇ ਨਾਲ ਲੜਨ ਦੇ ਲਈ। ਇਹ ਤਾਂ ਗੁਰੂ ਸਾਹਿਬ ਮੁਰੇ ਅਰਦਾਸ ਬੇਨਤੀ ਕਰੋ ਪਰਮਾਤਮਾ ਵੀ ਇਹੋ ਜਿਹੀ ਕੋਈ ਨਾ ਫੈਲੇ ਇਹ, ਕਿਉਂਕਿ ਸਾਡੇ ਤਾਂ ਹੋਸਪਿਟਲ ਪਹਿਲਾਂ ਹੀ ਹਾਲਾਤ ਬਹੁਤ ਮਾੜੇ ਆ, ਅਸੀਂ ਕਿੱਥੋਂ ਕਾਬੂ ਕਰ ਲਾਂਗੇ? ਇਟਲੀ, ਇਰਾਨ, ਚਾਈਨਾ ਵਰਗੇ ਦੇਸ਼ ਜਿਹੜੇ ਹਿੱਲ ਗਏ ਇਸ ਟਾਈਮ, ਅਤੇ ਸਾਡਾ ਮੁਲਕ ਤਾਂ ਪਹਿਲਾਂ ਹੀ ਕਰ ਗਿਆ ਜੀ, ਲੀਡਰਾਂ ਨੇ ਉਹਨਾਂ ਗੰਦੇ ਲੀਡਰਾਂ ਨੇ, ਮਾੜੀ ਸੋਚ ਨੇ ਪਹਿਲਾਂ ਹੀ ਸਾਡਾ ਮੁਲਕ ਜਿਹੜਾ ਗੁਲਾਮ ਬਣਾ ਦਿੱਤਾ ਗਿਆ ਆ, ਅਤੇ ਅਸੀਂ ਉਹਨਾਂ 'ਤੇ ਆਸ ਨਹੀਂ ਕਰ ਸਕਦੇ, ਠੀਕ ਹੈ ਜੀ। ਅਤੇ ਇਸ ਕਰਕੇ ਬੇਨਤੀ ਹੈ ਹੱਥ ਜੋੜ ਕੇ ਸਾਰੇ ਵੀਰਾਂ ਨੂੰ, ਅਫਵਾਹਾਂ 'ਤੇ ਨਾ ਪਾਓ, ਇੱਕ ਦੂਸਰੇ ਦਾ ਸਾਥ ਦਿਓ, ਲਾਲਚ ਬਸ ਨਾ ਪਾਓ, ਠੀਕ ਹੈ ਜੀ।
ਲਾਲਚ ਬਸ ਨਾ ਪਾਓ। ਸੁਸਾਇਟੀ ਦਾ ਨੰਬਰ ਆ 94-172-60-895। ਇਹ ਹੈਲਪਲਾਈਨ ਨੰਬਰ ਆ। ਸਾਨੂੰ ਜਿੰਨੇ ਜੋ ਕਿ ਸਾਡੀ ਸੁਸਾਇਟੀ ਹੈਗੀ ਆ, ਘਰਾਂ 'ਚ ਰਾਸ਼ਨ, ਜੇ ਕੱਲ੍ਹ ਲੋਕਡਾਊਨ ਹੁੰਦਾ ਰਾਸ਼ਨ ਪਹੁੰਚਾਇਆ ਜਾਊਗਾ, ਐਂਬੂਲੈਂਸਾਂ ਦੀ ਫ੍ਰੀ ਸੇਵਾ, ਹੋਰ ਸਹੂਲਤਾਂ ਜਿਹੜੀਆਂ ਸੁਸਾਇਟੀ ਪਹੁੰਚਾਊਗੀ। ਅਤੇ ਬੇਨਤੀ ਆ ਸਾਰਿਆਂ ਵੀਰਾਂ ਨੂੰ, ਇੱਕਜੁੱਟ ਹੋ ਕੇ ਆਓ, ਇਸ ਬਿਮਾਰੀ ਦਾ ਅਸੀਂ ਸਾਹਮਣਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।